ਹੁਣ ਗੱਲ ਕਰਦੇ ਹੈਗੇ ਚਾਈਨਾ ਦੇ ਫੋਰਨ ਮਿਨਿਸਟਰ ਦੀ, ਚਾਈਨਾ ਦੇ ਫੋਰਨ ਮਿਨਿਸਟਰ ਆਖਿਰਕਾਰ ਕਿੱਥੇ ਨੇ? ਇੰਟਰਨੈਸ਼ਨਲ ਮੀਡੀਆ ਸਵਾਲ ਖੜਾ ਕਰ ਰਿਹਾ ਕਿ ਚਾਈਨਾ ਦੇ ਫੋਰਨ ਮਿਨਿਸਟਰ ਕਿੱਥੇ ਨੇ? ਕੁਛ ਦੇਰ ਤੋਂ ਜਿਹੜੇ ਚਾਈਨਾ ਦੇ ਫੋਰਨ ਅਫੇਅਰ ਮਿਨਿਸਟਰ ਨੇ ਉਹ ਮਿਸਿੰਗ ਨੇ। ਜੀ ਹਾਂ, ਤੁਸੀਂ ਠੀਕ ਸੁਣਿਆ। ਕੌਣ ਨੇ ਚਾਈਨਾ ਦੇ ਫੋਰਨ ਮਿਨਿਸਟਰ? ਪਹਿਲਾਂ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਹਦੀ ਸਾਰੀ ਡਿਟੇਲ, ਉਸ ਤੋਂ ਬਾਅਦ ਕੁਛ ਹੋਰ ਜੋ ਖਬਰਾਂ ਸਾਡੇ ਕੋਲ ਪਹੁੰਚ ਰਹੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਚਾਈਨਾ ਦੇ ਫੋਰਨ ਮਿਨਿਸਟਰ ਨੇ ਕੁਇਨ ਗੈਂਗ, ਚਾਈਨਾ ਦੇ ਫੋਰਨ ਮਿਨਿਸਟਰ ਕੁਇਨ ਗੈਂਗ ਮਿਨਿਸਟਰੀ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਜਾਂ US ਦੇ ਵਿੱਚ ਬਤੌਰ ਅੰਬੈਸਡਰ ਉਹ ਕੰਮ ਕਰ ਚੁੱਕੇ ਨੇ। ਬਤੌਰ ਅੰਬੈਸਡਰ ਉਹਨਾਂ ਨੇ ਕੰਮ ਬੜਾ ਸ਼ਾਨਦਾਰ ਕੀਤਾ ਸੀਗਾ। 57 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ, 57 ਈਅਰ ਓਲਡ ਹੈਗੇ ਨੇ ਕੁਇਨ ਗੈਂਗ। ਔਰ ਪਿਛਲੇ ਸਾਲ ਨਵੰਬਰ ਦੇ ਵਿੱਚ ਇਹਨਾਂ ਨੂੰ ਖੁਦ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹੈਂਡਪਿਕ ਕਰਕੇ ਸਿੱਧਾ ਇਹਨਾਂ ਨੂੰ ਫੋਰਨ ਮਿਨਿਸਟਰ ਦਾ ਜਿਹੜਾ ਪੋਰਟਫੋਲੀਓ ਉਹ ਦਿੱਤਾ ਸੀਗਾ। ਹੁਣ ਫੋਰਨ ਮਿਨਿਸਟਰ ਬਣਨ ਤੋਂ ਬਾਅਦ ਇਹਨਾਂ ਨੇ ਕਈ ਇੰਪੋਰਟੈਂਟ ਕੰਮ ਵੀ ਕੀਤੇ ਨੇ, ਪਹਿਲਾਂ ਵੀ ਬੜੇ ਇੰਪੋਰਟੈਂਟ ਰੋਲ ਅਦਾ ਕਰ ਚੁੱਕੇ ਨੇ। ਅਮਰੀਕਾ ਦੇ ਨਾਲ ਜਦੋਂ ਬਲੂਨ ਕੰਟਰੋਵਰਸੀ ਹੋਈ ਹੈ, ਉੱਥੇ ਅਮਰੀਕਾ ਦੇ ਸੈਕਟਰੀ, US ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦੇ ਨਾਲ ਮਿਲ ਕੇ ਇਹਨਾਂ ਨੇ ਬੜੇ ਵਧੀਆ ਕੰਮ ਕੀਤਾ ਸੀਗਾ। ਲੇਕਿਨ ਹੁਣ ਸਵਾਲ ਖੜਾ ਕੀਤਾ ਜਾ ਰਿਹਾ ਸੀਗਾ ਕਿ ਆਖਿਰਕਾਰ ਇਹ ਹੈਗੇ ਕਿੱਥੇ ਨੇ? ਪਿਛਲੇ ਮਹੀਨੇ 25 ਜੂਨ ਇਹਨਾਂ ਨੂੰ ਆਖਰੀ ਵਾਰ ਦੇਖਿਆ ਗਿਆ ਸੀਗਾ ਪਬਲਿਕਲੀ, ਉਸ ਤੋਂ ਬਾਅਦ ਇਹ ਨਜ਼ਰ ਨਹੀਂ ਆਏ ਬਿਲਕੁਲ ਵੀ। ਔਰ ਹੁਣ ਜਿਹੜੀ ਐਸੋਸੀਏਸ਼ਨ ਆਫ ਸਾਊਥ ਏਸ਼ੀਅਨ ਨੇਸ਼ਨ ਜਿਹੜੀ ਮੀਟਿੰਗ ਹੋਈ ਹੈ ਏਸੀਆਨ ਦੀ, ਉਸ ਮੀਟਿੰਗ ਦੇ ਵਿੱਚ ਵੀ ਐਸੋਸੀਏਸ਼ਨ ਆਫ ਸਾਊਥ ਏਸ਼ੀਅਨ ਨੇਸ਼ਨ ਦੀ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਏ, ਬਲਕਿ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਵੀ ਉੱਥੇ ਸੀਗੇ, ਔਰ ਉੱਥੇ ਚਾਈਨਾ ਵੱਲੋਂ ਵੈਂਗ ਯੀ ਦੇ ਨਾਲ ਹੀ ਮੁਲਾਕਾਤ ਕੀਤੀ ਹੈ ਐਸ ਜੈਸ਼ੰਕਰ ਨੇ। ਔਰ ਬਾਕੀ ਲੋਕ ਵੀ ਜਿਹੜੇ ਸੀਗੇ ਜਿਹੜੇ ਚਾਈਨਾ ਦੇ ਨਾਲ ਮੁਲਾਕਾਤ ਕਰਨੇ ਚਾਹ ਰਹੇ ਸੀਗੇ, ਉੱਥੇ ਵੈਂਗ ਯੀ ਦੇ ਨਾਲ ਹੀ ਮੁਲਾਕਾਤ ਕਰ ਰਹੇ ਸੀਗੇ। ਸਵਾਲ ਪੁੱਛੇ ਜਾ ਰਹੇ ਸੀਗੇ ਕਿ 57 ਸਾਲ ਦੇ ਚਾਈਨਾ ਦੇ ਫੋਰਨ ਮਿਨਿਸਟਰ ਕਿੱਥੇ ਗਾਇਬ ਹੋ ਗਏ ਨੇ। ਗਾਇਬ ਨਹੀਂ ਹੋਏ, ਮੀਡੀਆ ਦੀ ਜੇ ਅਸੀਂ ਮੰਨੀਏ, ਮੀਡੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ। ਵੀਡੀਓ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਵਿੱਚ ਕਿ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਇਸ ਮਹਿਲਾ ਦੇ ਨਾਲ ਇੰਟਰਵਿਊ ਕਰ ਰਹੇ ਨੇ। ਕੌਣ ਹੈ ਐਂਕਰ ਮਹਿਲਾ ਤੁਸੀਂ ਦੇਖ ਰਹੇ ਹੋ, ਵੀਡੀਓ ਵੀ ਅਸੀਂ ਤੁਹਾਨੂੰ ਚੈਨਲ ਵਾਈਜ਼ ਦਿਖਾ ਰਹੇ ਹਾਂ। ਇਹਨਾਂ ਦਾ ਨਾਮ ਫੂ ਜ਼ਿਓਟੀਆਨਾ। ਫੂ ਕੌਣ ਹੈਗੀ ਆ? ਫੂ ਇੱਕ ਟੈਲੀਵਿਜ਼ਨ ਪ੍ਰੈਜੈਂਟਰ ਹੈਗੀ ਹੈ ਔਰ ਕੈਂਬਰਿਜ ਯੂਨੀਵਰਸਿਟੀ ਦੀ ਪੜ੍ਹੇ ਹੋਏ ਆ, ਉਹਨਾਂ ਕੋਲ ਅਮੈਰੀਕਾ ਦੀ ਸਿਟੀਜ਼ਨਸ਼ਿਪ ਵੀ ਹੈਗੀ ਹੈ। ਔਰ ਐਸੇ ਮੰਨਿਆ ਵੀ ਜਾ ਰਿਹਾ, ਖਬਰਾਂ ਮੀਡੀਆ 'ਚ ਆ ਰਹੀਆਂ ਕਿ ਇਸ ਵੇਲੇ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਕੁਇਨ ਗੈਂਗ, ਉਹਨਾਂ ਦੇ ਨਾਲ ਫੂ ਦਾ ਅਫੇਅਰ ਜਿਹੜਾ ਉਹ ਚੱਲ ਰਿਹਾ। ਸੋ ਦੋਨਾਂ ਦਾ ਆਪਸ ਦੇ ਵਿੱਚ ਅਫੇਅਰ ਹੈ। ਇਹ ਜਿਹੜਾ ਇੰਟਰਵਿਊ ਹੋ ਰਿਹਾ ਇਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੈਗੇ ਹੋ ਕਈ ਚੀਜ਼ਾਂ। ਔਰ ਉਸ ਤੋਂ ਬਾਅਦ ਰੋਚਕ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਇਹ ਟੀਵੀ ਪ੍ਰੈਜੈਂਟਰ ਹੈ ਫੂ, ਇਹ ਵੀ ਗਾਇਬ ਹੋ ਗਈ ਹੈ, ਇਹ ਵੀ ਨਜ਼ਰ ਨਹੀਂ ਆ ਰਹੀ ਪਬਲਿਕਲੀ, ਨਾ ਉੱਥੇ ਟੀਵੀ ਚੈਨਲ ਦੇ ਉੱਤੇ ਨਜ਼ਰ ਆ ਰਹੀ ਹੈ। ਸੋ ਫੋਰਨ ਮਿਨਿਸਟਰ ਵੀ ਗਾਇਬ ਔਰ ਇਹ ਟੀਵੀ ਜਿਹੜੀ ਐਂਕਰ ਹੈ ਇਹ ਵੀ ਗਾਇਬ ਹੈ। ਔਰ ਕੱਲ੍ਹ ਜਾਂ ਪਰਸੋਂ ਫੂ ਨੇ, ਹਾਲਾਂਕਿ ਆਪਣੇ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹੁੰਦੀ, ਪਰ ਆਪਣੇ ਟਵਿੱਟਰ 'ਤੇ 3 ਫੋਟੋਆਂ ਪਾਈਆਂ ਔਰ ਉਹ ਫੋਟੋ ਵੀ ਪਾਈ ਜਿਹਦੇ ਵਿੱਚ ਕਿ ਫੂ ਫੋਰਨ ਮਿਨਿਸਟਰ ਦਾ ਆਪਣਾ ਇੰਟਰਵਿਊ ਕਰ ਰਹੀ ਹੈ, ਯਾਨੀ ਕਿ ਉਹ ਬੜੇ ਵਧੀਆ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਸੋ ਦੋਨੋਂ ਜਿਹੜੇ ਕਿਆ ਚਾਈਨਾ 'ਚ ਨੇ ਜਾਂ ਕਿਤੇ ਵਿਦੇਸ਼ ਫਰਾਰ ਹੋ ਗਏ ਨੇ ਦੋਨੋਂ ਜਣੇ, ਇਹਦੇ ਬਾਰੇ ਚਾਈਨਾ ਦੀ ਫੋਰਨ ਮਿਨਿਸਟਰੀ ਵੀ ਕੋਈ ਜਾਣਕਾਰੀ ਨਹੀਂ ਦੇ ਰਹੀ। ਫਿਲਹਾਲ ਉਹ ਸਿਹਤ ਦਾ ਹਵਾਲਾ ਦੇ ਰਹੇ ਆ, ਬਟ ਮੀਡੀਆ ਦੀ ਮੰਨੀ ਉਹ ਕਹਿੰਦੇ ਜੀ ਇਹ ਤਾਂ ਸਿਰਫ ਵਰਬਲੀ ਦੱਸ ਰਹੇ ਆ ਕਿ ਸਿਹਤ ਖਰਾਬ ਹੈ ਫੋਰਨ ਮਿਨਿਸਟਰ ਦੀ, ਬਟ ਰਿਟਨ ਦੇ ਵਿੱਚ ਜਾਂ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਬਾਹਰ ਨਹੀਂ ਕੀਤੀ ਜਾ ਰਹੀ।